सत श्रीकाल जी। प्राइम एशिया टीवी का खास प्रोग्राम प्राइम डिस्कशन विद जितेंद्र पन्नू लैके एक बार फिर तो सारे के रूबरू हो गए हैं। मैं हाँ नवजीत। देश दुनिया दी खबरां ते चर्चा करांगे सीनियर पत्रकार जितेंद्र पन्नू जी का साथ है। सब तो पहला स्वागत, फिर करते चर्चा। पन्नू साहब स्वागत जी, सत श्री अकाल जी। शुक्रिया नवजीत जी, सत श्री अकाल। पन्नू साहब बहुत सारिया खबरां जिन्हां ते चर्चा करनी है, पर शुरुआत उही पाणी तो करनी पैनी है क्योंकि पंजाब दे विच हड़ां वर्गे हालात है। दिल्ली विच भी स्थिति हुण काबू तों बाहर हुंदी जा रही है क्योंकि जमुना दा पाणी दा पद्धर वधिया होया। ਕਿਵੇਂ ਦੇਖਦੇ ਆ ਜੀ ਆਉਣ ਵਾਲੀ ਸਥਿਤੀ ਨੂੰ? ਦੇਖੋ ਨਵਜੀਤ ਜੀ, ਪਾਣੀ ਅੱਜ ਕੁਝ ਥਾਵਾਂ ਤੇ ਉਤਰਨਾ ਸ਼ੁਰੂ ਹੋਇਆ ਜੀ। ਕੱਲ ਥੋੜਾ ਬਹੁਤ ਉਤਰਿਆ ਸੀ, ਅੱਜ ਵੱਧ ਉਤਰ ਰਿਹਾ। ਇਹਦੇ ਦੌਰਾਨ ਇੱਕ ਸਮੱਸਿਆ ਇਹ ਹੁੰਦੀ ਹੈ ਕਿ ਜਿਹੜਾ ਪਾਣੀ ਪਹਿਲਾਂ ਸਤਲੁਜ ਤੋਂ ਇੱਕਦਮ ਵਧਿਆ ਤੇ ਰੋਪੜ ਦੇ ਲਾਗੇ ਉਹਨੇ ਮਾਰ ਕੀਤੀ ਸੀ, ਹੌਲੀ ਹੌਲੀ ਦੋ ਦਿਨ ਲਗਾ ਕੇ ਲੁਧਿਆਣੇ ਦੇ ਇਲਾਕਿਆਂ 'ਚ ਮਾਰ ਕਰਨਾ ਪਿਆ, ਫਿਰ ਕਰਦਿਆਂ ਕਰਦਿਆਂ ਉਹ ਸ਼ਾਹਕੋਟ ਤੋਂ ਲੋਹੀਆਂ ਤੋਂ ਅੱਗੇ ਗਿੱਦੜ ਪਿੰਡੀ ਵੱਲ ਮਾਰ ਕਰਨ ਲੱਗ ਪਿਆ ਜੀ। ਅੱਜ ਹੁਣ ਖਬਰਾਂ ਇਹ ਮਿਲ ਗਈਆਂ ਨੇ, ਕੱਲ ਸ਼ਾਮ ਤੋਂ ਮਿਲ ਰਹੀਆਂ ਕਿ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਪਿੰਡਾਂ 'ਚ ਪਾਣੀ ਇੱਧਰੋਂ ਗਿਆ, ਹੁਸੈਨੀ ਵਾਲੇ ਤੋਂ ਅੱਗੇ ਜਾ ਕੇ ਦਰਿਆ ਕਦੇ ਪਾਕਿਸਤਾਨ 'ਚ ਵੜਦਾ, ਕਦੇ ਸਾਡੇ ਵੱਲ ਲੁਕਣ ਮਿੱਟੀ ਖੇਡਦਾ, ਫਿਰ ਸਾਡੇ ਵੱਲ ਆ ਜਾਂਦਾ। ਉੱਥੇ ਕਈਆਂ ਪਿੰਡਾਂ 'ਚ ਪਾਣੀ ਵੜ ਗਿਆ ਸਾਡਿਆਂ 'ਚ ਅਤੇ ਪਰਲੇ ਪਾਸੇ ਵੀ ਜੀ ਪਾਸੇ। ਇਹਦਾ ਇਲਾਜ ਕੋਈ ਨਹੀਂ, ਪਰ ਪਿੱਛੋਂ ਕੁਝ ਨਾ ਕੁਝ ਅੜਿੱਕਾ ਲੱਗਣ ਕਰਕੇ, ਰੋਕ ਲਾਉਣ ਕਰਕੇ ਪਾਣੀ ਦਾ ਪੱਧਰ ਰਾਤ ਦਾ ਘਟਣਾ ਸ਼ੁਰੂ ਹੋਇਆ। ਕਹਿੰਦੇ ਅਗਲੇ 3-4 ਦਿਨਾਂ ਦੇ ਵਿੱਚ ਬਾਰਿਸ਼ ਵੀ ਘਟਣ ਦੀ ਸੰਭਾਵਨਾ, ਜੇ ਘਟਣ ਲੱਗ ਪਈ ਤੇ ਸਾਹ ਹੋਰ ਸੌਖਾ ਹੋ ਜਾਊ। ਇਹਦੇ ਦੌਰਾਨ ਘੱਗਰ ਵਾਲਾ ਪਾਸਾ, ਕਿਉਂਕਿ ਪੰਜਾਬ ਦੇ ਕੰਟਰੋਲ 'ਚ ਨਹੀਂ, ਪੰਜਾਬ ਨੇ ਕਈ ਵਾਰੀ ਆਖਿਆ ਸਾਨੂੰ ਉੱਥੇ ਡੈਮ ਬਣਾ ਲੈਣ ਦਿਓ, ਤੁਹਾਨੂੰ ਪਾਣੀ ਪੂਰਾ ਮਿਲਦਾ ਰਹੂ, ਹਰਿਆਣੇ ਵਾਲੇ ਬਣਾਉਣ ਨਹੀਂ ਦਿੰਦੇ, ਆਪ ਉਹ ਜੋ ਮਰਜ਼ੀ ਕਰ ਲੈਂਦੇ ਆ। ਜਦੋਂ ਪੰਜਾਬ ਵਿੱਚੋਂ ਲੰਘਦਾ ਪੰਜਾਬ ਦਾ ਪਾਣੀ ਉਹ 'ਚ ਜਾਂਦਾ ਪਿਆ ਅਤੇ ਸਾਨੂੰ ਇੱਕ ਡੈਮ ਬਣਾ ਲੈਣ ਦੇਣ, ਹੋਵੇ ਤਾਂ ਅਸੀਂ ਕੁਝ ਕੰਟਰੋਲ ਕਰ ਸਕੀਏ, ਉਹ ਨਹੀਂ ਕਰਨ ਦਿੰਦੇ। ਹੁਣ ਉੱਥੇ ਨਾਲ ਇਹ ਵੀ ਇਹ ਗੱਲ ਹੈ ਕਿ ਜਿੰਨਾ ਨੁਕਸਾਨ ਹੋਇਆ ਉਹਦੇ ਤੋਂ ਬਾਅਦ ਕੇਂਦਰ ਸਰਕਾਰ ਨੇ ਅੱਡ ਅੱਡ ਸੂਬਿਆਂ ਨੂੰ ਰਿਲੀਫ ਭੇਜੀ ਹੈ ਜੀ। ਜਿੰਨਾ ਪੰਜਾਬ ਦਾ ਨੁਕਸਾਨ ਹੈ, ਹਰਿਆਣੇ ਵਿੱਚ ਉੱਥੋਂ ਅੱਧਾ ਵੀ ਨਹੀਂ ਜਾਪਦਾ, ਹੋ ਸਕਦਾ ਇਹ ਤੋਂ ਅੱਧੇ ਤੋਂ ਵੱਧ ਹੋਵੇ, ਪਰ ਪੰਜਾਬ ਜਿੰਨਾ ਤਾਂ ਨਹੀਂ ਜੀ। ਅਤੇ ਜਿਹੜੀ ਰਿਲੀਫ ਭੇਜੀ ਆ ਉਹ ਲਗਭਗ ਨੇੜੇ ਤੇੜੇ ਆ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ, 10-20 ਕਰੋੜ ਦਾ ਫਰਕ ਹੋਵੇ ਤਾਂ ਕੋਈ ਫਰਕ ਥੋੜ੍ਹਾ ਹੁੰਦਾ, ਪੰਜਾਬ ਦੇ ਬਰਾਬਰ ਉਹਨੂੰ ਰੱਖ ਲਿਆ। ਕਿਉਂਕਿ ਅਗਲੇ ਸਾਲ ਉੱਥੇ ਹਰਿਆਣੇ 'ਚ ਚੋਣਾਂ ਹੋਣੀਆਂ ਵਿਧਾਨ ਸਭਾ ਦੀਆਂ ਜੀ, ਅਤੇ ਪਾਰਲੀਮੈਂਟ ਚੋਣਾਂ ਤਾਂ ਸਾਰੇ ਥਾਵਾਂ 'ਤੇ ਹੋਣੀਆਂ, ਪੰਜਾਬ 'ਚ ਵੀ ਹੋਣੀਆਂ। ਹੁਣ ਉਹ ਹਰਿਆਣੇ 'ਚ ਹੋ ਜਾਣ ਕੋਈ ਗੱਲ ਨਹੀਂ, ਪਰ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦਾ ਖਿਆਲ ਰੱਖ ਕੇ ਲੱਗਦਾ ਕਿ ਉਹਨਾਂ ਦਾ ਗੱਫਾ ਉਹ ਵਧਾ ਦਿੱਤਾ ਗਿਆ। ਕੱਲ੍ਹ ਪਹਿਲਾਂ ਇੱਕ ਖਬਰ ਆ ਗਈ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਫੈਸਲਾ ਕਰ ਲਿਆ ਕਿ ਭਾਖੜਾ ਡੈਮ ਤੋਂ ਪਾਣੀ ਕੁਝ ਵੱਧ ਛੱਡਿਆ ਜਾਵੇ। ਪੰਜਾਬ ਸਰਕਾਰ ਨੇ ਉਸੇ ਵੇਲੇ ਇਤਰਾਜ਼ ਕੀਤਾ ਕਿ ਇਹ ਤੁਸੀਂ ਛੱਡੋਗੇ ਤਾਂ ਪੰਜਾਬ ਤਾਂ ਪਹਿਲੇ ਹੜਾਂ ਦੀ ਮਾਰ ਹੇਠ, ਕਿਉਂ ਤੁਸੀਂ ਡੁੱਬਿਆਂ ਨੂੰ ਡੁੱਬਣ ਲੱਗੇ, ਕੰਮ ਨਾ ਕਰੋ। ਮੁੜ ਕੇ ਜਦੋਂ ਪੰਜਾਬ ਸਰਕਾਰ ਨੇ ਕਾਫੀ ਸਖ਼ਤ ਫੈਸਲਾ ਲਿਆ ਅਤੇ ਫਿਰ ਭਾਖੜੇ ਤੋਂ ਪਾਣੀ ਨਹੀਂ ਛੱਡਿਆ ਗਿਆ, ਅਜੇ ਨਹੀਂ ਛੱਡਿਆ ਗਿਆ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਛੱਡਣਗੇ ਨਹੀਂ। ਕੱਲ ਪਰਸੋਂ ਚੌਥ ਕਿਸੇ ਵੇਲੇ ਵੀ ਇਹ ਕਹਿ ਕੇ ਕਿ ਪਾਣੀ ਬਹੁਤ ਆ ਗਿਆ ਜੀ, ਡੈਮ ਨੂੰ ਖਤਰਾ, ਇਸ ਕਰਕੇ ਛੱਡਣਾ। ਇਹ ਗੱਲ ਹੈਗੀ ਹੈ ਕਿ ਜੇ ਵਾਕਈ ਪਾਣੀ ਬਹੁਤ ਆ ਜਾਏ, ਡੈਮ ਨੂੰ ਖਤਰਾ ਹੋਵੇ ਤਾਂ ਛੱਡਣਾ ਪੈ ਸਕਦਾ, ਪਰ ਇਹ ਗੱਲ ਦੂਜੀ ਵੀ ਆ ਕਿ ਕਈ ਵਾਰੀ ਡੈਮ ਅਜੇ ਵਾਹਵਾ ਪਾਣੀ ਥੱਲੇ ਹੁੰਦਾ ਅਤੇ ਅੱਗੇ ਤਾਂ ਇਹ ਕਹਿ ਕੇ ਜੀ ਪਿੱਛੇ ਮੀਂਹ ਪੈ ਗਏ, ਆ ਜਾਣਾ ਆ ਜਾਣਾ ਆ ਜਾਣਾ ਪਾਣੀ, ਪਹਿਲਾਂ ਰੌਲਾ ਪਾ ਕੇ ਵੀ ਛੱਡਣ ਵਾਸਤੇ ਹਾਲਾਤ ਪੈਦਾ ਕੀਤੇ ਜਾਂਦੇ ਰਹੇ। ਇਹੋ ਜਿਹੇ ਮੌਕੇ ਆਏ ਜਿੱਥੇ ਰੌਲਾ ਪਾ ਦਿੱਤਾ ਕਿ ਪਾਣੀ ਬਹੁਤ ਆ ਜਾਣਾ ਅਤੇ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਅਤੇ ਬਾਅਦ ਵਿੱਚ ਉਹਨਾਂ ਪਾਣੀ ਆਇਆ ਨਹੀਂ ਅਤੇ ਡੈਮ ਸੁੱਕਦਾ ਜਾਂਦਾ ਸੀ। ਇਹ ਸਾਰੀਆਂ ਗੱਲਾਂ ਹੁੰਦੀਆਂ ਨੇ, ਹੁਣ ਵੀ ਹੋ ਸਕਦੀਆਂ। ਇਸ ਕਰਕੇ ਪੰਜਾਬ ਸਰਕਾਰ ਨੂੰ ਆਪਣਾ ਸਖ਼ਤ ਫੈਸਲਾ ਲਗਾਤਾਰ ਰੱਖਣਾ ਚਾਹੀਦਾ। ਉੱਧਰ ਦੂਜੇ ਦਰਿਆਵਾਂ ਤੋਂ ਵੀ ਪਾਣੀ ਕਦੇ ਵੱਧਦਾ ਕਦੇ ਘੱਟਦਾ, ਇਹ ਪਾਣੀ ਜਿਹੜਾ ਆਉਂਦਾ ਇਹ ਆਉਣ ਲੱਗਿਆ ਨਾ ਕੇਂਦਰ ਸਰਕਾਰ ਨੂੰ, ਨਾ ਕਿਸੇ ਮੰਤਰੀ ਨੂੰ, ਨਾ ਪੰਜਾਬ ਜਾਂ ਹਰਿਆਣੇ ਦੀ ਸਰਕਾਰ ਨੂੰ ਪੁੱਛ ਲਾ, ਨਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਪੁੱਛਦਾ। ਉੱਥੇ ਪਾਣੀ ਮੀਂਹ ਪੈਂਦਾ, ਪੜਾ ਆ ਕੇ ਪੰਜਾਬ 'ਚ ਪੈਂਦਾ, ਕਿਉਂਕਿ ਉੱਥੇ ਤਾਂ ਕੋਈ ਖਾਲ ਨਹੀਂ, ਦੂਸਰੇ ਕੱਚੇ ਨਾਲੇ ਨਹੀਂ ਜਿਨ੍ਹਾਂ ਵੱਲ ਪਾਣੀ ਚਲਾ ਜਾਵੇ, ਸਾਰੇ ਦਾ ਸਾਰਾ ਪੰਜਾਬ ਵਿੱਚ ਹੀ ਆਉਣਾ। ਪੰਜਾਬ ਵਿੱਚੋਂ ਹੋ ਕੇ ਅੱਗੇ ਦਰਿਆਵਾਂ ਵੱਲ ਨੂੰ ਜਾਂਦਾ, ਅਤੇ ਕੁਦਰਤੀ ਵਹਿਣ ਨੇ, ਨਹਿਰਾਂ 'ਤੇ ਬੰਦਾ ਬਣਾ ਸਕਦਾ, ਸੂਏ 'ਤੇ ਬੰਦਾ ਪੁੱਟ ਸਕਦਾ, ਖਾਲ 'ਤੇ ਬੰਦਾ ਬਣਾ ਸਕਦਾ, ਟਿਊਬਵੈੱਲ ਵੀ ਲਾ ਸਕਦਾ, ਖੂਹ ਵੀ ਪੁੱਟ ਸਕਦਾ ਜੀ, ਪਰ ਜਿਹੜੇ ਇਹ ਦਰਿਆ ਨੇ, ਜਿਹੜੀਆਂ ਚੋਆਂ ਨੇ, ਵਿਆਈਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਤਾਂ ਕੁਦਰਤੀ ਤੌਰ 'ਤੇ ਬਣੀਆਂ ਅਤੇ ਪਾਣੀ ਇੱਧਰ ਨੂੰ ਆਉਣਾ ਹੀ ਆਉਣਾ।
ਬਿਲਕੁਲ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਚੋਂ ਵੀ ਪਾਣੀ ਆਉਂਦਾ ਤੇ ਜੰਮੂ ਕਸ਼ਮੀਰ ਦੇ ਉਜ ਦਰਿਆ ਦਾ ਵੀ ਆਉਂਦਾ ਤੇ ਪੰਜਾਬ ਦਾ ਵੀ ਅੱਗੇ ਜਾਣਾ ਦੇਸ਼ ਦੀ ਵੰਡ ਵੇਲੇ ਹੀ ਪਾਕਿਸਤਾਨ ਨਾਲ ਫੈਸਲਾ ਹੋ ਗਿਆ ਸੀ ਕਿ ਜੇ ਹੜਾਂ ਦਾ ਪਾਣੀ ਇਕੱਠਾ ਹੋਵੇ ਇੰਨੇ ਤੋਂ ਵੱਧ ਹੋਵੇ ਤੇ ਸਾਨੂੰ ਇੰਨਾ ਛੱਡਣਾ ਪੈ ਸਕਦਾ ਉਹ 'ਚ ਹੱਦਾਂ ਰੱਖੀਆਂ ਸਨ ਕਿ ਇੰਨਾ ਨਾ ਅਸੀਂ ਛੱਡ ਦੇਈਏ ਤਾਂ ਕੋਈ ਗੱਲ ਨਹੀਂ ਦੱਸਣ ਦਸਾਉਣ ਦੀ ਵੀ ਲੋੜ ਨਹੀਂ ਪਰ ਜੇ ਆਦੋਂ ਵੱਧ ਛੱਡਿਆ ਤੇ ਫਿਰ ਪਹਿਲਾਂ ਪਾਕਿਸਤਾਨ ਨੂੰ ਵੇਲੇ ਸਿਰ ਦੱਸਣਾ ਪਊਗਾ ਤਾਂ ਕਿ ਉਹ ਆਪਣੇ ਪ੍ਰਬੰਧ ਕਰ ਲੈਣ ਕਈ ਵਾਰੀ ਇਹੋ ਜਿਹਾ ਵੇੜਾ ਹੀ ਨਹੀਂ ਆਉਂਦਾ ਅਚਾਨਕ ਪਾਣੀ ਵੱਧ ਜਾਂਦਾ ਛੱਡਣਾ ਪੈ ਜਾਂਦਾ ਉਹ ਖੜੇ ਪੈਰ ਕਰਦੇ ਉਹ ਛੱਡਣ ਲੱਗੇ ਜੀ ਉਹ ਛੱਡਣ ਲੱਗੇ ਜਿਹਨੇ ਚਿਰ ਉਹਨਾਂ ਪ੍ਰਬੰਧ ਕਰਨ ਉਹਨੇ ਚਿਰ ਪਾਣੀ ਲੌੜਦੀਆਂ ਅੱਧਾ ਕੁਝ ਚਿਰ ਜਾਂਦਾ ਇਸ ਵਾਰੀ ਵੀ ਹੋਇਆ ਅਤੇ ਇਹ ਤਾਂ ਸਾਡੇ ਇੱਥੇ ਭਾਰਤ ਵਿੱਚ ਵੀ ਕਈ ਵਾਰ ਵਾਪਰਿਆ ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਇਲਾਜ ਆ ਕਿ ਆਪੋ ਆਪਣੀ ਥਾਂ 'ਤੇ ਹਰ ਕੋਈ ਚੌਕਸੀ ਜਿੰਨੀ ਰੱਖ ਸਕਦਾ ਰੱਖੇ ਚੰਗੀ ਗੱਲ ਇਹ ਹੈ ਕਿ ਸਾਡੇ ਲੋਕ ਇਹੋ ਜਿਹੀਆਂ ਮੁਸ਼ਕਲਾਂ ਦੇ ਮੌਕੇ ਇੱਕ ਦੂਸਰੇ ਦੀ ਮਦਦ ਕਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਐਤਕੀ ਵੀ ਲੋਕਾਂ ਨੇ ਮੁਸ਼ਕਲ ਦੇ ਵਿੱਚ ਹਰ ਇੱਕ ਨੇ ਇੱਕ ਦੂਜੇ ਦੀ ਮਦਦ ਕੀਤੀ ਹੈ ਸਮਾਜ ਸੇਵੀ ਸੰਪਰਦਾਵਾਂ ਵੀ ਮੈਦਾਨ 'ਚ ਆਈਆਂ ਨੇ ਸੰਸਥਾਵਾਂ ਵੀ ਆਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਈਆਂ ਥਾਵਾਂ 'ਤੇ ਲੰਗਰ ਲਾਏ ਆ ਅੱਗੇ ਇਤਰਾਜ਼ ਹੁੰਦਾ ਸੀ ਕਿ ਸ਼੍ਰੋਮਣੀ ਕਮੇਟੀ ਦੂਜਿਆਂ ਤੋਂ ਪਛੜ ਜਾਂਦੀ ਇਸ ਵਾਰੀ ਪਤਾ ਨਹੀਂ ਕਿੱਦਾਂ ਉਹਨਾਂ ਦੇ ਮਨ 'ਚ ਆਈ ਉਹਨਾਂ ਨੇ ਬਾਕੀਆਂ ਤੋਂ ਪਹਿਲਾਂ ਅੱਡ ਅੱਡ ਥਾਵਾਂ 'ਤੇ ਉੱਥੇ ਤੱਕ ਰੇਲਵੇ ਸਟੇਸ਼ਨਾਂ 'ਤੇ ਕੁਝ ਬੱਸ ਸਟੈਂਡਾਂ 'ਤੇ ਵੀ ਜਾ ਕੇ ਲੰਗਰ ਲਾ ਦਿੱਤੇ ਤਾਂ ਕਿ ਜਿਹੜੇ ਅੜੇ ਥੜੇ ਹੜ ਮਾਰੇ ਲੋਕ ਆ ਉਹ ਭੁੱਖੇ ਨਾ ਸੌਣ ਘੱਟੋ ਘੱਟ ਇਸ ਪੱਖੋਂ 'ਤੇ ਮਦਦ ਹੋ ਜਾਵੇ ਕੰਮ ਚੱਲ ਰਿਹਾ ਪਰ ਜਿੰਨਾ ਚਾਹੀਦਾ ਓਨਾ ਨਹੀਂ ਹੁੰਦਾ ਜਾਪ ਰਿਹਾ ਫਿਰ ਵੀ ਕੁਝ ਨਾ ਕੁਝ ਤਾਂ ਹੋ ਹੀ ਰਿਹਾ ਜੀ ਪਰ ਸਾਹਿਬ ਇੱਕ ਚੀਜ਼ ਬਹੁਤ ਹੋ ਰਹੀ ਆ ਹੋਰ ਵੀ ਰੌਲਾ ਪੈ ਰਿਹਾ ਕਿ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇ ਦੇਣੀ ਹੈ 10 ਕੁ ਏਕੜ ਦੀ ਗੱਲ ਚੱਲਦੀ ਪਈ ਹੈ ਕੋਈ 12 ਏਕੜ ਕਹਿ ਰਿਹਾ ਰੌਲਾ ਕਈ ਦਿਨ ਦਾ ਪੈਂਦਾ ਪਿਆ ਪਰ ਗੱਲ ਦੱਬ ਕੇ ਵੀ ਰਹੀ ਹੈ ਅੱਜ ਜੰਦਰ ਖਾਤੇ ਖਬਰਾਂ 'ਚੋਂ ਆ ਰਹੀਆਂ ਕਿੰਨਾ ਕੁ ਸੱਚ ਹੈ ਕਿ ਜ਼ਮੀਨ ਉਹਨਾਂ ਨੂੰ ਵਿਧਾਨ ਸਭਾ ਲਈ ਵੱਖਰੀ ਦੇ ਦੇਣੀ ਹੈ ਮੈਂ ਬਿਆਨ ਪੜ੍ਹੇ ਆ ਅਕਾਲੀ ਦਲ ਦੇ ਪ੍ਰਧਾਨ ਦਾ ਵੀ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮੇ ਦਾ ਵੀ ਕਾਂਗਰਸ ਦੇ ਇੱਕ ਵਾਹਵਾ ਚੋਖਾ ਬੋਲਣ ਵਾਲੇ ਵਿਧਾਇਕ ਦਾ ਬਿਆਨ ਵੀ ਪੜ੍ਹਿਆ ਉਹਨਾਂ ਸਾਰਿਆਂ ਨੇ ਇਹ ਆਖਿਆ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਵਿਧਾਨ ਸਭਾ ਵਾਸਤੇ ਜ਼ਮੀਨ ਦਿੱਤੀ ਜਾ ਰਹੀ ਹੈ ਪੰਜਾਬ ਨਾਲ ਧੱਕਾ ਬੇਇਨਸਾਫੀ ਹੈ ਤੇ ਗੱਲ ਠੀਕ ਹੈ ਉਹਨਾਂ ਗਲਤ ਨਹੀਂ ਆਖਿਆ ਜੀ ਸਵਾਲ ਇਹ ਨਹੀਂ ਕਿ ਉਹਨਾਂ ਨੇ ਬਿਆਨ ਠੀਕ ਦਿੱਤਾ ਗਲਤ ਦਿੱਤਾ ਕੌਣ ਇਸ ਬਿਆਨ ਨੂੰ ਕਿੱਦਾਂ ਲੈਂਦਾ ਮੇਰੇ ਵਾਸਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਰਾਜਨੀਤੀ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨੌਜਵਾਨਾਂ ਨੂੰ ਕੁਛ ਬਦਮਾਸ਼ਾਂ ਨੇ ਸਮਗਲਰਾਂ ਨੇ ਚਿੱਟੇ 'ਤੇ ਲਾ ਲਿਆ ਕਿਤੇ ਪੰਜਾਬ ਦੀ ਰਾਜਨੀਤੀ ਚਿੱਟੇ ਉੱਤੇ ਤਾਂ ਨਹੀਂ ਲੱਗ ਗਈ ਇਹ ਕਈ ਕਈ ਦਿਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਪੈਰਾਂ ਥੱਲੇ ਅੱਗ ਮੱਚਦੀ ਪਈ ਹੈ ਜਦੋਂ ਸਾਰਾ ਕੁਛ ਹੋ ਜਾਂਦਾ ਫਿਰ ਅਗੜ ਪਿਛੜੇ ਬਿਆਨ ਦਾਗਣ ਲੱਗ ਪੈਂਦੇ ਇਹਨਾਂ ਅੱਜ 12 ਤਰੀਕ ਨੂੰ ਬਿਆਨ ਦਾਗੇ ਆ 12 ਜੁਲਾਈ ਨੂੰ ਇੱਕ ਹਫ਼ਤਾ ਪਹਿਲਾਂ 7 ਜੁਲਾਈ ਦਾ ਪ੍ਰਾਈਮ ਏਸ਼ੀਆ ਦਾ ਪ੍ਰਾਈਮ ਡਿਸਕਸ਼ਨ ਪ੍ਰੋਗਰਾਮ ਕੱਢ ਕੇ ਵੇਖ ਲੈਣ ਉਹਦੇ ਵਿੱਚ ਮੈਂ ਹੀ ਇਹ ਗੱਲ ਆਖੀ ਸੀ ਕਿ ਹਰਿਆਣੇ ਦੀ ਵਿਧਾਨ ਸਭਾ ਵਾਸਤੇ ਚੰਡੀਗੜ੍ਹ 'ਚ 10 ਏਕੜ ਜ਼ਮੀਨ ਦਿੱਤੀ ਜਾ ਰਹੀ ਉਹਦੇ ਬਦਲੇ 'ਚ 12 ਏਕੜ ਲੈਣੇ ਆ 12 ਏਕੜ ਲੈਣ ਵਾਸਤੇ ਇਹ ਵੀ ਫੈਸਲਾ ਹੋ ਗਿਆ ਕਿ ਰੇਲਵੇ ਸਟੇਸ਼ਨ ਵਾਲੇ ਪਾਸੇ ਲੈਣੇ ਆ ਉਹਦੇ ਤੋਂ ਪਹਿਲਾਂ ਮਨਸਾ ਦੇਵੀ ਕੰਪਲੈਕਸ ਲਾਗੇ ਲੈਣ ਲੱਗੇ ਸੀ ਉੱਥੇ ਜੰਗਲਾਤ ਦੇ ਮਹਿਕਮੇ ਨੇ ਰੇੜਕਾ ਪਾ ਦਿੱਤਾ ਕੁਝ ਹੋਰ ਗੱਲਾਂ ਸੀ ਕੁਝ ਜ਼ਮੀਨ ਕਿਸੇ ਦੀ ਕੁਝ NOC ਜਾਣੀ ਨੋ ਓਬਜੈਕਸ਼ਨ ਸਰਟੀਫਿਕੇਟ ਕਿਸੇ ਹੋਰ ਤੋਂ ਲੈਣੇ ਸਨ ਇਸ ਕਰਕੇ ਗੱਲ ਨਹੀਂ ਸੀ ਬਣਦੀ ਉਹਦਾ ਕੋਈ ਫਾਰਮੂਲਾ ਕੱਢਿਆ ਜਾ ਰਿਹਾ ਸੀ ਜਿਹੜੀ ਗੱਲ ਮੈਂ 7 ਜੁਲਾਈ ਨੂੰ ਕਹਿਤੀ ਅੱਜ 13 ਜੁਲਾਈ ਨੂੰ ਇਹ ਲੋਕ ਕਰਦੇ ਪਏ ਬਿਆਨ ਦਿੰਦੇ ਪਏ ਆ ਇਹ 6 ਦਿਨ ਸੁੱਤੇ ਸਨ ਇਹ ਬੋਲੇ ਕਿਉਂ ਨਹੀਂ ਕੋਈ ਇੱਕ ਵੀ ਨਹੀਂ ਬੋਲਿਆ ਮੈਂ ਰੋਜ਼ ਅਖਬਾਰਾਂ ਵੇਖਦਾ ਸੀ ਮੈਨੂੰ ਤਾਂ ਇਸ ਗੱਲ 'ਤੇ ਵੀ ਹੈਰਾਨੀ ਸੀ ਕਿ ਪੰਜਾਬ ਦੇ ਮਾਮਲੇ 'ਚ ਐਡੀ ਵੱਡੀ ਬੇਇਨਸਾਫੀ ਵਾਲੀ ਗੱਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦਾ ਮੁੱਖ ਕਰਤਾ ਧਰਤਾ ਉਹਦਾ ਮੁਖੀ ਪੰਜਾਬ ਦਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਹੈ ਪਹਿਲਾਂ ਚੰਡੀਗੜ੍ਹ ਦੇ ਵਿੱਚ ਚੀਫ ਕਮਿਸ਼ਨਰ ਦੀ ਪੋਸਟ ਹੁੰਦੀ ਸੀ ਚੀਫ ਕਮਿਸ਼ਨਰ ਦੀ ਉਹ ਚੀਫ ਕਮਿਸ਼ਨਰ ਸਿੱਧਾ ਕੇਂਦਰ ਸਰਕਾਰ ਦੇ ਅੰਡਰ ਹੁੰਦਾ ਸੀ ਸੰਤ ਲੌਂਗੋਵਾਲ ਅਤੇ ਰਾਜੀਵ ਗਾਂਧੀ ਦੇ ਸਮਝੌਤੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਪੰਜਾਬ ਅਤੇ ਹਰਿਆਣੇ 'ਚੋਂ ਪੰਜਾਬ ਵੱਡਾ ਇਸ ਕਰਕੇ ਪੰਜਾਬ ਦਾ ਗਵਰਨਰ ਇਸ ਗਵਰਨਰੀ ਦੇ ਨਾਲ ਨਾਲ ਚੰਡੀਗੜ੍ਹ ਦਾ ਚੀਫ ਐਡਮਿਨਿਸਟ੍ਰੇਟਰ ਵੀ ਹੋਇਆ ਕਰੇਗਾ ਜੀ ਇਹਦੇ ਪਿੱਛੇ ਇੱਕ ਭਾਵਨਾ ਸੀ ਕਿ ਹੌਲੀ 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 ਚੰਡੀਗੜ੍ਹ ਪੰਜਾਬ ਨੂੰ ਸੌਂਪਿਆ ਜਾਣਾ ਇਹਦੀ ਤਿਆਰੀ ਪਹਿਲਾਂ ਕਰ ਲਓ ਇਹ ਵੀ ਫੈਸਲਾ ਸੀ ਕਿ 26 ਜਨਵਰੀ 1986 ਨੂੰ ਪੰਜਾਬ ਚੰਡੀਗੜ੍ਹ ਦਾ ਮਾਲਕ ਬਣ ਜਾਏਗਾ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਕਾਰਡ ਵੀ ਛਪਾ ਦਿੱਤੇ ਸੀ ਕਿ 26 ਜਨਵਰੀ ਨੂੰ ਝੰਡਾ ਸੀ ਉੱਥੇ ਚੰਡੀਗੜ੍ਹ 17 ਸੈਕਟਰ 62 ਅੱਡੇ ਦੇ ਲਾਗੇ ਗਰਾਊਂਡ ਦੇ ਵਿੱਚ ਲਹਿਰਾਉਣਾ 24 ਜਨਵਰੀ ਨੂੰ ਰੇੜਕਾ ਪੈ ਗਿਆ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਸੱਦੀਆਂ ਹੋਈਆਂ ਸਨ ਅਜਲਾਸ ਕਰਨ ਵਾਸਤੇ ਕਿ ਪ੍ਰਵਾਨਗੀ ਦੇਣੀ ਆ ਕਿ ਚੰਡੀਗੜ੍ਹ ਦੇ ਦਿਓ
बदले चो केड़े इलाके देने केड़े नहीं देते रेड़का पै गया सी गल सिरे ना लग सकी जी। पानिया दे मसले दे सिरे ना लगी पर आ गल एक हो गई सी कि उस दिन तो बाद चंडीगढ़ च चीफ कमिश्नर नहीं होऊ हरियाणे दा गवर्नर उत्थे नहीं पंजाब दा गवर्नर चंडीगढ़ दा चीफ एडमिनिस्ट्रेटर होऊ पंजाब दा गवर्नर इत्थे जिहड़ा भी आउंदा उह केंद्र सरकार दे इशारे ते पंजाब नाल इदां दी हरकतां करदा हुण वाले गवर्नर साहब ने भी गल लका के रखी और चुप चपीते फैसला हुंदा रहा आ पिछले हफ्ते तक सब कुछ तय हो गया सी हुण तां इक्को गल तय करनी बाकी रह गई सी कि जमीन चंडीगढ़ शहर दे विच्चों 10 एकड़ देनी आ हरियाणे नूं विधानसभा बनाउण वास्ते ते बदले च 12 एकड़ देने आ हरियाणे तों ਉਹ 12 ਏਕੜ ਕਿਹੜੇ ਹੋਣ ਇਹਦੀ ਗੱਲ ਰਹਿ ਗਈ ਸੀ ਬਾਕੀ ਤਾਂ ਸਭ ਕੁਝ ਤੈਅ ਹੋ ਚੁੱਕਾ ਸੀ ਜੀ ਹੁਣ ਜੇ ਜਿਹੜਾ ਹਰਿਆਣਾ ਉਦਾਂ ਕਹਿੰਦੇ ਅਸੀਂ ਵੱਖ ਹੈ ਪਹਿਲਾਂ ਚੌਧਰੀ ਬੰਸੀ ਲਾਲ ਮੁੱਖ ਮੰਤਰੀ ਸੀ ਉਹਨੇ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ 'ਚੋਂ ਆਪਣੇ 66 ਕਾਲਜ ਹਟਾਲੇ ਸਨ ਫਿਰ ਉਹ ਦੁਬਾਰਾ ਮੁੱਖ ਮੰਤਰੀ ਬਣਿਆ 20-22 ਸਾਲਾਂ ਬਾਅਦ 25 ਸਾਲਾਂ ਬਾਅਦ ਅਤੇ ਉਹਨੇ ਆ ਕੇ ਪੰਜਾਬ ਯੂਨੀਵਰਸਿਟੀ 'ਚੋਂ ਆਪਣੇ ਸੈਨੇਟਰ ਵੀ ਹਟਾਲੇ ਆਖਿਆ ਸੀ ਨਹੀਂ ਭੇਜਣੇ ਅਤੇ ਆ ਪਿਛਲੇ ਸਾਲ ਕਾਂਗਰਸ ਦੀ ਇੱਕ ਬੀਬੀ ਨੇ ਹਰਿਆਣਾ ਵਿਧਾਨ ਸਭਾ 'ਚ ਮਤਾ ਰੱਖਤਾ ਕਿ ਸਾਨੂੰ ਪੰਜਾਬ ਯੂਨੀਵਰਸਿਟੀ ਫਿਰ ਸ਼ਾਮਲ ਹੋਣਾ ਚਾਹੀਦਾ ਇੱਕ ਸਾਲ ਅੰਦਰੇ ਅੰਦਰ ਧੁੱਕਦਾ ਰਿਹਾ ਅਤੇ ਹੁਣ ਹਰਿਆਣਾ ਜਿਹੜੇ ਮੁੱਖ ਮੰਤਰੀ ਨੇ ਗੱਲ ਚਲਾ ਦਿੱਤੀ ਹੈ ਦੋਵਾਂ ਮੁੱਖ ਮੰਤਰੀਆਂ ਦੀ ਮੀਟਿੰਗ ਵੀ ਹੋ ਗਈ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਤੁਸੀਂ ਗਲਤ ਕਰਦੇ ਹਾਂ ਪਹਿਲਾਂ ਤੁਸੀਂ ਇੱਕ ਤਰਫਾ ਤੌਰ 'ਤੇ ਨਿਕਲੇ ਸੀ ਅਸੀਂ ਤੁਹਾਡੇ ਵੱਲ ਕੋਈ ਲਾਗੀ ਭੇਜਿਆ ਸੀ ਕਿ ਤੁਸੀਂ ਨਿਕਲ ਜਾਓ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਫਿਰ ਸ਼ਾਮਲ ਹੋਣ ਡਿਆ ਸਾਨੂੰ ਪੰਜਾਬ ਨੂੰ ਬੇਵਕੂਫ ਬਣਾਉਂਦੇ ਆ ਪੰਜਾਬ ਦਾ ਗਵਰਨਰ ਉਹਦੇ 'ਚ ਵੀ ਹਰਿਆਣੇ ਦਾ ਪੱਖ ਲੈ ਰਿਹਾ ਹੁਣ ਇਹ ਜਿਹੜਾ ਮੁੜ ਮੁੜ ਕੇ ਇੱਥੇ ਪੈਰ ਧਰਾਵਾ ਕਰਨ ਦਾ ਯਤਨ ਕਰਦੇ ਜੇ ਹਰਿਆਣੇ ਦੀ ਹੋਣ ਵਾਲੀ ਵਿਧਾਨ ਸਭਾ 'ਚ ਇਹਨਾਂ ਦਾ ਨਹੀਂ ਸਰਦਾ ਪੰਜਾਬ ਦਾ ਤਾਂ ਸਰੀ ਜਾਂਦਾ ਤੁਹਾਡਾ ਕਿਉਂ ਨਹੀਂ ਸਰਦਾ ਅਤੇ ਜੇ ਨਹੀਂ ਸਰਦਾ ਤਾਂ ਚੰਡੀਗੜ੍ਹ ਦੇ ਫਿਰਨੀ ਦੇ ਉੱਤੇ ਤੁਹਾਡਾ ਪੰਚਕੂਲਾ ਵਸਿਆ ਜਿੱਦਾਂ ਸਾਡੀ ਉਰਲੇ ਪਾਸੇ ਮੋਹਾਲੀ ਹੈ ਤੁਹਾਡਾ ਪਰਲੇ ਪਾਸੇ ਪੰਚਕੂਲਾ ਜਿੱਥੇ ਤੁਸੀਂ ਵਿਧਾਨ ਸਭਾ ਵਾਸਤੇ 10 ਏਕੜ ਲੈਣ ਲੱਗੇ ਜੀ ਉੱਥੋਂ ਸਿਰਫ 1 ਕਿਲੋਮੀਟਰ ਪਰਾਂ ਨੂੰ ਖਿਸਕ ਜਾਓ ਤੁਸੀਂ ਆਪਣੀ ਹੱਦ 'ਚ ਬਣਾ ਲਓ ਜਾਓ ਜੋ ਮਰਜ਼ੀ ਕਰਦੇ ਰਹੋ ਤੁਹਾਨੂੰ ਕੌਣ ਰੋਕਦਾ ਪਰ ਇਸ ਗੱਲ ਦੇ ਉੱਤੇ ਆਉਣ ਦੀ ਥਾਂ ਉਹ ਜਾਣ ਬੁੱਝ ਕੇ ਇੱਥੇ ਰੇੜ ਕੇ ਬੜਾ ਇੱਕ ਮੁੱਦਾ ਰੱਖਣਾ ਚਾਹੁੰਦੇ ਆ ਚੰਡੀਗੜ੍ਹ ਦੇ ਵਿੱਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣੀ ਚਾਹੁੰਦੇ ਆ ਚੰਡੀਗੜ੍ਹ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਪਿਛਲੇ ਸਾਲ ਰਾਜਸਥਾਨ 'ਚ ਹੋਈ ਮੀਟਿੰਗ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹਨੂੰ ਪ੍ਰਵਾਨਗੀ ਦੇ ਦਿੱਤੀ ਅਗਲਾ ਕੰਮ ਸੀ ਕਿ ਚੰਡੀਗੜ੍ਹ ਕੌਂਸਲ ਦੀ ਪ੍ਰਵਾਨਗੀ ਦੇਵੇ ਕੌਂਸਲ ਦੀ ਪ੍ਰਵਾਨਗੀ ਹੋਈ ਨੂੰ ਕਈ ਦਿਨ ਹੋ ਗਏ ਆ ਫਿਰ ਕੰਮ ਸੀ ਕਿ ਜ਼ਮੀਨ ਕਿਹੜੀ ਹੋਵੇ ਉਹਦੀ ਪਛਾਣ ਕੀਤੀ ਜਾਵੇ ਹੁਣ ਜ਼ਮੀਨ ਦੀ ਜਿਹੜੇ 10 ਏਕੜ ਛੱਡਣੇ ਉਹਦੀ ਵੀ ਬਦਲੇ ਜਿਹੜੇ 12 ਏਕੜ ਲੈਣੇ ਹਰਿਆਣੇ ਤੋਂ ਉਹਦੀ ਵੀ ਸਭ ਦੀ ਪੂਰੀ ਪੁਣਛਾਣ ਹੋ ਚੁੱਕੀ ਹੈ ਨਿਸ਼ਾਨਦੇਹੀ ਹੋ ਚੁੱਕੀ ਹੈ ਸਿਰਫ ਕਾਗਜ਼ ਵਟਾਉਣੇ ਆ ਆਪੋ ਵਿੱਚ ਇੱਕ ਦੂਜੇ ਨੂੰ ਫਾਈਲਾਂ ਸੌਂਪ ਕੇ ਸਰਟੀਫਿਕੇਟ ਆਹ ਜ਼ਮੀਨ ਦਿੱਤੀ ਅਤੇ ਆਹ ਲਈ ਅਤੇ ਹੱਥ ਮਿਲਾਉਣੇ ਅਤੇ ਫੋਟੋ ਖਿਚਾ ਲੈਣੀ ਹੈ ਜਦੋਂ ਇੱਥੇ ਗੱਲ ਪਹੁੰਚ ਗਈ ਆ ਅਤੇ ਉਦੋਂ ਪੰਜਾਬ 'ਚ ਰੌਲਾ ਪੈ ਗਿਆ ਹਰਿਆਣੇ ਨੂੰ ਜੋ ਵਿਧਾਨ ਸਭਾ ਵਾਸਤੇ ਜ਼ਮੀਨ ਕੋਤੀ ਗਈ ਤੁਸੀਂ ਇੱਕ ਹਫ਼ਤਾ ਕਿੱਥੇ ਸੀ ਬੋਲੇ ਕਿਉਂ ਨਹੀਂ ਔਰ ਮੈਨੂੰ ਤਾਂ ਇਸ ਗੱਲ 'ਤੇ ਵੀ ਇਤਰਾਜ਼ ਆ ਕਿ ਐਡੀਆਂ ਐਡੀਆਂ ਵੱਡੀਆਂ ਗੱਲਾਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੋਵੇ ਜਾਂ ਹਰਿਆਣੇ ਨੂੰ ਵਿਧਾਨ ਸਭਾ ਜ਼ਮੀਨ ਵਾਸਤੇ ਜ਼ਮੀਨ ਦੇਣ ਦਾ ਮਾਮਲਾ ਹੋਵੇ ਇਹ ਗੱਲਾਂ ਚੰਡੀਗੜ੍ਹ ਦੇ ਹਿੰਦੀ ਅਖਬਾਰਾਂ 'ਚ ਛਪਦੀਆਂ ਪੰਜਾਬੀ ਅਖਬਾਰਾਂ 'ਚ ਕਿਉਂ ਨਹੀਂ ਛਪਦੀ ਬਿਲਕੁਲ ਇਹ ਉੱਥੋਂ ਲੁਕਾਈਆਂ ਗਈਆਂ ਜਾਂ ਲੁਕਵਾ ਕੇ ਦਬਾਅ ਪਾ ਕੇ ਆਖਿਆ ਕਿ ਲੁਕਾ ਕੇ ਰੱਖੋ ਇਹ ਸਾਰੀਆਂ ਗੱਲਾਂ ਜਿਹੜੇ ਚੰਡੀਗੜ੍ਹ 'ਚ ਬੈਠੇ ਪੱਤਰਕਾਰ ਮੈਨੂੰ ਤਾਂ ਉਹਨਾਂ 'ਤੇ ਵੀ ਇਤਰਾਜ਼ ਆ ਕਿ ਤੁਸੀਂ ਇਹ ਖਬਰਾਂ ਕੱਢੀਆਂ ਕਿਉਂ ਨਹੀਂ ਤੁਸੀਂ ਦੱਬ ਕਿਉਂ ਨਹੀਂ ਆ ਤੁਸੀਂ ਰੋਕੀਆਂ ਕਿਉਂ ਜੀ ਆਉਣ ਦੇਣੀਆਂ ਚਾਹੀਦੀਆਂ ਪੰਜਾਬ ਦੇ ਲੋਕਾਂ ਕੋਲ ਇਹਨਾਂ 'ਚੋਂ ਇੱਕ ਵੀ ਖਬਰ ਪੰਜਾਬ ਦੇ ਲੋਕਾਂ ਕੋਲ ਨਹੀਂ ਆਉਂਦੀ ਰਹੀ ਉੱਥੇ ਦੀਆਂ ਉੱਥੇ ਪਰਲੇ ਪਾਸੇ ਹੋਈਆਂ ਮੇਰੀ ਕਿਉਂਕਿ ਆਦਤ ਆ ਲੋਕਾਂ ਦੇ ਸੁੱਤਿਆਂ ਤੋਂ ਸਵੇਰੇ ਅੰਮ੍ਰਿਤ ਵੇਲੇ ਜਦੋਂ ਉੱਠਦਾ ਮੈਂ ਅਤੇ ਮੈਂ ਹਿੰਦੀ ਦੇ ਉਹ ਅਖਬਾਰ ਜਿਹੜੇ ਚੰਡੀਗੜ੍ਹ ਉੱਤੋਂ ਪਰਾਂ ਕਰਨਾਲ ਕਰਨਾਲ ਇਸ ਕਰਕੇ ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਦਾ ਆਪਣਾ ਚੋਣ ਹਲਕਾ ਉੱਥੋਂ ਦੇ ਅਖਬਾਰ ਸਾਰੇ ਨੈੱਟ 'ਤੇ ਪੜ੍ਹਦਾ ਇਹ ਵੇਖਣ ਵਾਸਤੇ ਕਿ ਉੱਥੇ ਕੀ ਹੋ ਰਿਹਾ ਜਦੋਂ ਉਹ ਪੜ੍ਹਦਾ ਤਾਂ ਫਿਰ ਇਹ ਪਤਾ ਲੱਗ ਜਾਂਦਾ ਕਿ ਉੱਥੇ ਕਿਹੜੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਪੰਜਾਬ ਦੇ ਖਿਲਾਫ ਜਾ ਸਕਦੀਆਂ ਜਦੋਂ ਪਿਛਲੇ ਸਾਲ ਪੰਜਾਬ ਯੂਨੀਵਰਸਿਟੀ ਦੇ ਖਿਲਾਫ ਮਤਾ ਕਾਂਗਰਸ ਦੀ ਬੀਬੀ ਨੇ ਪੇਸ਼ ਕੀਤਾ ਹਰਿਆਣੇ ਦੀ ਵਿਧਾਨ ਸਭਾ 'ਚ ਸਾਰੀ ਵਿਧਾਨ ਸਭਾ ਭਾਜਪਾ ਵਾਲੇ ਵੀ ਅਤੇ ਐਨਐਲਓ ਵਾਲੇ ਵੀ ਅਤੇ ਜਜਪਾ ਵਾਲੇ ਵੀ ਸਾਰੇ ਹੀ ਉਹਦੇ 'ਚ ਸ਼ਾਮਿਲ ਹੋ ਗਏ ਅਤੇ ਸਰਬਸੰਮਤੀ ਨਾਲ ਪਾਸ ਕੀਤਾ ਸੀ ਹਰਿਆਣੇ ਦੀ ਵਿਧਾਨ ਸਭਾ ਦੀ ਸਪੀਕਰ ਗੈਲਰੀ 'ਚ ਸਾਡੇ ਪੰਜਾਬ ਦੀ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਬੈਠਾ ਸੀ ਇਹ ਰੋਸ ਵਜੋਂ ਉੱਥੋਂ ਵਾਕਆਊਟ ਕਰਕੇ ਆ ਗਿਆ ਸੀ ਇਹ ਗੱਲ ਛੋਟੀ ਸੀ ਪਰ ਪੰਜਾਬ ਦੇ ਇੱਕ ਵੀ ਅਖਬਾਰ 'ਚ ਨਹੀਂ ਉਹ ਛਪੀ ਪਤਾ ਨਹੀਂ ਕਿਹੜੇ ਛਪੀ ਹੋਵੇ ਲੁਕਵੇਂ ਤੌਰ 'ਤੇ ਛਪ ਗਈ ਹੋਵੇ ਮੈਂ ਲੱਭਦਾ ਰਿਹਾ ਕਿਤੇ ਉਹਨੇ ਲੱਭੀ ਅਤੇ ਮੈਨੂੰ ਜਦੋਂ ਹਰਿਆਣੇ ਦੇ ਅਖਬਾਰਾਂ 'ਚੋਂ ਪਤਾ ਲੱਗਾ ਮੈਂ ਫੋਲ ਕੇ ਵੇਖਿਆ ਅਤੇ ਮੈਂ ਇੱਕਦਮ ਰੌਲਾ ਪਾ ਉਹਦੇ ਉੱਤੇ ਵੀ ਸਾਰੇ ਚੁੱਪ ਵੱਟ ਗਏ ਸੀ ਕਿ ਇਹ ਪਿਛਲੇ ਸਾਲ ਰੌਲਾ ਨਹੀਂ ਸੀ ਪਾਉਣਾ ਚਾਹੀਦਾ ਅੱਜ ਹੁਣ ਸਾਰੇ ਬੋਲਦੇ ਪਏ ਮੈਂ ਤਾਂ ਕਹਿੰਦਾ ਕਿ ਪੰਜਾਬ ਦੀ ਰਾਜਨੀਤੀ ਵੀ ਕਦੇ ਚਿੱਟੇ 'ਤੇ ਤਾਂ ਨਹੀਂ ਲੱਗ ਜੀ ਬਿਲਕੁਲ ਪਰ ਸਾਹਿਬ ਇੱਕ ਖਬਰ ਹੋ ਆ ਰਹੀ ਹੈ ਬਰਖਾਸਤ ਡਿਪਟੀ ਡਾਇਰੈਕਟਰ ਹੈ ਆਰ ਕੇ ਸਿੰਗਲਾ ਉਹਦੀ ਪ੍ਰਾਪਰਟੀ ਹੁਣ ਕੁਰਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਮਾਮਲਾ ਕੀ ਹੈ ਜੀ ਪੂਰਾ ਬਹੁਤ ਕਰਪਟ ਅਫਸਰ ਗਿਣਿਆ ਜਾਂਦਾ ਸੀ
अकाली भाजपा सरकार वेले उहदे उत्ते बहुत वड्डे दोष लगदे सी, पर उह कमाऊ पुत सी, करोड़ां दी कमाई करदा सी, उत्ते पहुंचाउंदा सी। जदों कांग्रेस दी सरकार आई विदेश भज गया, इन्हां ने उहनूं फिर पहला सस्पेंड किया, फिर आखन डिसमिस कर देना, इहनूं छड्डना नहीं, अमरिंदर सिंह आके आ कर देना, उहदे बाकी मंत्री आखन आ कर देना, मुड़के सौदा हो गया। वह सौदा मार के वापस आया, आउंदे नूं जिहड़ा सस्पेंड किया सी इन्हां ने अमरिंदर सिंह दी सरकार ने, उन्हें फिर बहाल करता। नाल पिछले समय दियां जिहड़ियां तरक्कियां बन गईयां सी सस्पेंशन वेले दियां, उह तरक्कियां भी दे के सारे पंजाब दे विच अनाज की खरीद का इंचार्ज बनाता जी, और उस वक्त के खुराक मंत्री भारत भूषण आशू दे नाल बिल्कुल नेड़दाप सिंगड़ा जांदा सी, उन्हें पिछले बकाए भी सारे तनखावां दे देते। आउंदियां सारियां पंजाब च जिन्नी अन्नी पाई, जिहदे च भारत भूषण आशू नूं भी जेल की दाड़ पीणी पई आ, इन्ने दिन जेल च रहना पिया, वो सारे मामले का इंचार्ज थी वह अफसर सी आर के सिंगला, किसी ने वह वेख्या नहीं। आज जो हम भगवंत मान सरकार आई तो इन्होंने आख्या कढ़ो उहदियां फाइलां, तो भजना तो जानता सी, फिर भज गया। भजन तो बाद अदालत ने उन्हें भगौड़ा करार दिता, उहदियां फाइलां पंजाब की हुण वाली सरकार नूं नहीं बणाउणियां पईआं जी, अमरिंदर सिंह की सरकार ने बनाईआं सी, विजिलेंस ने बनाईआं सी, वह फाइलां पईआं, समझौता हो गया होगा, तो पिछली सरकार चलाउण वाले मुख्यमंत्री जां मंत्रियां नाल हो गया, फाइलां नाल थोड़ा हो गया, फाइलां तो विजिलेंस कोल पईआं सी। भगवंत मान की सरकार ने आके वह फाइलां फिर कढ लईआं, हुण उह लभदा नहीं विदेशां च बैठा, उहनां फाइलां नूं लै के फिर उहदी जायदाद लभी गई आ कित्थे आ, लुधियाणे दे विच ही कुछ भाई रणधीर सिंह नगर च, कुछ राजगुरु नगर विच, कुछ सनेत विच, पता नहीं किहड़े किहड़े पिंडां च, जिहड़ा थरीके आ जिथों दा देव थरीके वाला हुंदा सी गीतकार, उह उहनां पिंडां दे विच अड अड थावां ते पता नहीं किन्नी जायदाद है, कोई कहिंदा 5 करोड़ दी, कोई कहिंदा 500 करोड़ दी, मैं कहिंदा 5000 करोड़ दी होवे, जे उहने चोरी दा माल कमाया, इन्नी उत्थे कमाई कीती है ते इन्नी जायदाद बनाई है। पंजाब सरकार हुण उहनूं कुरक करन लगी, उहदी जब्ती दे आर्डर बणदे पए, फाइल कल कहिंदे कंप्लीट हो गई है जी, जे विजिलेंस ने फाइल कंप्लीट कर ली है, ते एडा वड्डा दोषी अफसर जिहदे खिलाफ 36 किस्म दे दोष होर भी लगदे पए आ, उहदा लिहाज को नहीं होना चाहिए। एक नवी गल यह पता लगी है कि वह जिनी काली कमाई करता रहा, वह सारी की सारी अपनी पत्नी रचना जी वो नाँ दे रचना सिंगला के नाँ के जायदाद बना रहा, हूँ भावें उन्हें बनाई हो जायदाद तो रचना सिंगला के नाँ पर आना, इस करके रचना सिंगला का ना उन्होंने जायदादा का करके इस करप्शन केस में आना, उन्होंने तो कोई बचा नहीं सकता। एक बार कैप्टन अमरिंदर सिंह जो पहली बार मुख्यमंत्री बनया तो बादलों के खिलाफ केस बन लगे, तो उदे वड्डे बादल साहब ने आख्या सी साढ़े ते भावें केस बनाउणे, 10 दी थां 100 केस बना लो, पर औरतां ते ना बनाओ, क्योंकि साढ़े समाज च औरतां दे केस बने बड़े मारे गिणे जांदे। पर जे इहो जे करप्ट अफसर सिंगले वर्गे काली कमाई आप करन ते सारी दी सारी संभालण वास्ते पत्नी दे नां ते जायदादां बनाई जाण, ते जदों पड़ताल विच हर थां ते आवे कि काली कमाई इहने कीती ते उहदे नां ते लुकाई आ, ते लुकाउण च मदद करदी है किसने गिणी जांदी आ, उह कानूनी तौर ते दोषी बन जांदी आ। हुण केस विच उहदा नाम ही आउणा, कुछ होर लोकां दे नाम ही आ रहे आ, और मेरी जानकारी इह कहिंदी आ कि उस वक्त ते कुछ सियासी लीडर जिहड़े कांग्रेस नाल जुड़े होए सन ते उहदे राहीं सिंगले नाल जुड़े सन, उह वी इहदी मार हेठ आउण वाले आ, बचे नहीं जा सकदे जी। पर सर इक बिल बहुत चर्चा विच चलदा पिया, जन विश्वास बिल, केंद्रीय कैबिनेट ने इहनूं मंजूरी दे दित्ती है, ते कहिंदे छोटे मोटे अपराध है उहनां दा वी कुछ रौला चलदा पिया, इह की बिल आ जी पूरा? नवजीत जी, जन विश्वास कहिंदे आ लोकां दे भरोसे नूं, भारत सरकार कहिंदी आ लोकां दा भरोसा जितना, ते भरोसा टुटण ही कहनूं देणा सी, जितन दा फार्मूला की लभिया? कहिंदे आ जी कुछ छोटे मोटे कानून हुंदे आ, मिंट चल जाए केसां च, निके निके जुर्म वास्ते बंदे फड़ लै, साल साल, दो दो साल, तीन तीन साल, कई वारी इह तों वध वी समां उह जेल च बैठे रहिंदे आ जी, सुनवाई हुंदी आ ते सज़ा धोणी हुंदी आ, 3 महीने जां 6 महीने दे, उहनां 5-6 गुणा उह पहिलां भुगतांदे आ, पता नहीं की हुंदा, इह छोटे मोटे कानून खत्म कर देना, ते छोटे जुर्मां नूं जुर्म नहीं गिणिया करना, इहदा मतलब कि कल नूं को वालियां खिच के लै जाएगा, छोटा जुर्म नूं जुर्म ना गिणा, बिल्कुल जी, किसी का पर्स खोह लिया, किसी का मोबाइल खोह लिया, किसी नूं तुरिया जांदिया दो बंदा थप्पड़ मार गया, उह तुसीं जुर्म ना गिणोगे। अगे हुंदा सी किसी दे खेतां विच दी डंगर भी लंघ जाण ते खेत विच फसल का खराबा भी जुर्म गिणिया जांदा सी, किसी के गन्ने भर ले, किसी के अंब तोड़ दे, वह भी जुर्म सी, हुण सारे जुर्म नहीं गिणे जाणगे। किसी के घर च बिना आग्या तुसीं जाने ट्रेसपास, ये जुर्म सी, इहदे मतलब जुर्म नहीं गिणे जाणगे। ये हुण भारत सरकार की करन लगी मैनूं पता, नरेंद्र मोदी साहब ते उहनां दी टीम तजर्बे ते बहुत करदी कुरदी रहिंदी, हुण इहनां अगों की करना मैं नहीं जाणदा,
ਪਰ ਇੱਕ ਗੱਲ ਮੈਂ ਦੱਸਦਾ, ਜਿਹੜੇ ਵਿਕਸਿਤ ਦੇਸ਼ਾਂ 'ਚ ਜੁਰਮ ਬਹੁਤ ਘੱਟ ਹੁੰਦੇ ਸੀ, ਉਹਨਾਂ ਦੇ ਵਿੱਚ ਜੁਰਮ ਉਦੋਂ ਵਧੇ ਆ ਜਦੋਂ ਉੱਥੋਂ ਦੀਆਂ ਸਰਕਾਰਾਂ ਨੇ ਛੋਟੇ ਮੋਟੇ ਜੁਰਮ ਜਿਹੜੇ ਆ ਇਹਨਾਂ ਨੂੰ ਅੱਖੋਂ ਪਰੋਖੇ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਦਾ ਪਰਸ ਖੋਹ ਕੇ ਲੈ ਜੇ, ਕਿਸੇ ਦਾ ਮੋਬਾਈਲ ਖੋਹ ਕੇ ਲੈ ਜੇ, ਉੱਥੋਂ ਦੀ ਪੁਲਿਸ ਸ਼ਿਕਾਇਤ ਦਰਜ ਕਰ ਲੈਂਦੀ, ਪੈਰਵੀ ਨਹੀਂ ਕਰਦੀ। ਉਹ ਇਸ ਕਰਕੇ ਕੀ ਇੱਥੇ ਟਾਈਮ ਵੇਸਟ ਕਰਨਾ, ਮਾਮੂਲੀ ਜੀ ਤਾਂ ਗੱਲ ਆ ਜੀ, ਉਹਨੂੰ ਛੋਟੇ ਜੁਰਮ ਕਰਦੇ ਆ। ਪਰ ਇਸ ਗੱਲ ਨੂੰ ਭੁੱਲ ਜਾਂਦੇ ਆ ਕਿ ਜਿਹੜੇ ਛੋਟੇ ਛੋਟੇ ਜੁਰਮ ਕਰਦੇ ਆ, ਇਹ ਜੇ ਇਸ ਇਲਾਕੇ 'ਚ 40 ਬੰਦੇ ਹੋਣ, ਇਹਨਾਂ 40 ਦਾ ਇੱਕ ਸਰਦਾਰ ਬਣ ਜਾਂਦਾ, ਅਤੇ ਜੇ ਜਲੰਧਰ ਵਰਗੇ ਇਸ ਸ਼ਹਿਰ ਦੇ ਵਿੱਚ ਇਹੋ ਜਿਹੇ 40 ਦੇ 10 ਗਰੁੱਪ ਹੋਣ, ਅਤੇ ਉਹਨਾਂ 10 ਗਰੁੱਪਾਂ ਦੇ 10 ਸਰਦਾਰਾਂ ਦੇ ਉੱਤੇ ਇੱਕ ਵੱਡਾ ਸਰਦਾਰ ਬਣ ਜਾਂਦਾ, ਉਹ ਜਿਹੜਾ ਗੈਂਗਸਟਰ ਹੁੰਦਾ, ਅਤੇ ਕੱਲ੍ਹ ਨੂੰ ਲਾਰੈਂਸ ਬਿਸ਼ਨੋਈ ਅਤੇ ਭਾਗੋ ਵਾਲੀਆ ਜਿਹੜੇ ਨੇ, ਇਹਨਾਂ ਦੇ ਗੈਂਗਾਂ ਵਾਸਤੇ ਆਹ ਜਿਹੜੇ ਛੋਟੇ ਮੋਟੇ ਜੁਰਮ ਕਰਨ ਵਾਲੇ ਨਵੀਂ ਭਰਤੀ, ਨਵੇਂ ਰਿਕਰੂਟ ਮਿਲਣਗੇ ਜੀ। ਜੇ ਭਾਰਤ ਸਰਕਾਰ ਇਹੋ ਜਿਹਾ ਤਜਰਬਾ ਕਰਕੇ ਦੇਸ਼ ਦਾ ਬੇੜਾ ਗਰਕ ਕਰਨ ਵਾਲੇ ਪਾਸੇ ਨੂੰ ਤੁਰ ਪਈ, ਰੋਕ ਕੌਣ ਸਕਦਾ? ਛੋਟੇ ਜੁਰਮ ਦੇ ਬਾਰੇ ਤੁਸੀਂ ਇਹ ਕਰੋ, ਸਮਰੀ ਟਰਾਇਲ ਹੈ, ਜਦੋਂ ਫੜਿਆ ਗਿਆ ਬੰਦਾ ਜੇਲ੍ਹ 'ਚ ਨਾ ਘੱਲੋ, ਇਹ ਨਾ ਹੋਵੇ ਕਿ 2 ਬੈਠਾ ਰਹੇ ਅਤੇ ਸਜ਼ਾ ਉਹਨੂੰ ਹੋਣੀ ਹੈ 3 ਅਤੇ ਉੱਥੇ ਇੰਨਾ ਸਮਾਂ ਗੁਜ਼ਾਰ ਰਹੇ, ਇਹ ਨਾ ਹੋਣ ਦਿਓ। ਤੁਸੀਂ ਇਨਸਾਫ਼ ਕਰਨਾ ਤਾਂ ਇਹ ਕਰੋ ਕਿ ਛੋਟੇ ਜੁਰਮ ਦਾ ਫੈਸਲਾ ਖੜੇ ਪੈਰ ਹੋਵੇਗਾ, ਉਹਨੂੰ ਜਿਹੜੀ ਸਜ਼ਾ ਮਿਲਣੀ ਮਿਲੇਗੀ, ਉਹ ਤੁਸੀਂ ਕਰ ਸਕਦੇ। ਪਰ ਇਹ ਆਖਣਾ ਵੀ ਕਾਨੂੰਨ ਹੀ ਖਤਮ ਕਰ ਦਿਓ, ਮੇਰੇ ਸਮਝ 'ਚ ਨਹੀਂ ਆ, ਮੈਂ ਸਮਝਿਆ ਗਲਤ ਹੋਵੇਗਾ। ਪਰ ਸਰ ਜਾਂਦਿਆਂ ਦੀ ਗੱਲ ਯੂਕਰੇਨ ਦੀ ਕਰ ਲਈਏ, ਕਿਉਂਕਿ ਨਾਟੋ ਦੇਸ਼ਾਂ ਦੇ ਵਿੱਚ ਉਹਨੂੰ ਸ਼ਾਮਲ ਨਹੀਂ ਕੀਤਾ ਗਿਆ, ਅਮਰੀਕਾ ਦੇ ਨਾਲ ਹੁਣ ਨਾਰਾਜ਼ਗੀ ਵੀ ਸ਼ੁਰੂ ਹੋ ਗਈ ਹੈ, ਪਿੱਠ ਦੇ ਪਿੱਛੇ ਥਾਪੜਾ ਵੀ ਪੂਰਾ ਦਿੱਤਾ ਜਾ ਰਿਹਾ ਸੀ, ਹੁਣ ਅਗਲੀ ਸੰਭਾਵਨਾ ਕੀ ਲੱਗਦੀ ਹੈ ਜੀ? ਦੇਖੋ, ਕੱਟਾ ਕਿੱਲੇ ਦੇ ਜ਼ੋਰ 'ਤੇ ਤਿੰਗੜ ਦਾ ਹੁੰਦਾ, ਯੂਕਰੇਨ ਅਮਰੀਕਾ ਦੇ ਜ਼ੋਰ 'ਤੇ ਤਿੰਗੜਿਆ ਸੀ, ਜੇ ਕਿੱਲਾ ਹੀ ਸਾਥ ਨਾ ਦੇਵੇ ਤਾਂ ਕੱਟਾ ਕੀ ਕਰੋ ਜੀ। 1.5 ਹੋ ਚੱਲਿਆ ਰੂਸ ਨਾਲ ਜੰਗ ਲੜਦਿਆਂ, ਅਤੇ ਜੰਗ ਤਾਂ ਇਸ ਗੱਲ ਤੋਂ ਹੋਈ ਸੀ ਕਿ ਉਹ ਕਹਿੰਦਾ ਸੀ ਮੈਂ ਨਾਟੋ ਦਾ ਮੈਂਬਰ ਬਣਨਾ, ਅਮਰੀਕਾ ਵਾਲੇ ਕਹਿੰਦੇ ਤੈਨੂੰ ਨਾਟੋ ਦਾ ਮੈਂਬਰ ਬਣਾਉਣਾ, ਰੂਸ ਕਹਿੰਦਾ ਸੀ ਜਿਹੜਾ ਦੇਸ਼ ਨਾਟੋ ਦਾ ਮੈਂਬਰ ਬਣੇ, ਨਾਟੋ ਵਾਲੇ ਐਟਮੀ ਮਿਜ਼ਾਈਲਾਂ ਉਹਦੇ ਨੂੰ ਦੇ ਦਿੰਦੇ ਆ ਅਤੇ ਉਹ ਲਿਆ ਕੇ ਸਾਡੇ ਸਿਰਾਣੇ ਲਾਉਂਦਾ, ਤੂੰ ਕੱਲ੍ਹ ਨੂੰ ਉਹਨਾਂ ਦਾ ਮੈਂਬਰ ਬਣਿਆ, ਉਹਨਾਂ ਤੈਨੂੰ ਐਟਮੀ ਮਿਜ਼ਾਈਲਾਂ ਦੇਣੀਆਂ, ਲਿਆ ਕੇ ਤੂੰ ਸਾਡੀਆਂ ਨੀਹਾਂ ਦੇ ਲਾਗੇ ਰੱਖੇਗਾ, ਜਾਂ ਤਾਂ ਹਟ ਜਾਂ ਫਿਰ ਅਸੀਂ ਉਹ ਮੌਕਾ ਨਹੀਂ ਆਉਣ ਦੇਣਾ ਤੈਨੂੰ ਮੈਂਬਰ ਬਣ ਨਹੀਂ ਦੇਣਾ ਜੀ। ਆ 1.5 ਜੰਗ ਚੱਲਦੀ ਰਹੀ, ਉਹਦੇ ਬੰਦੇ ਬਰਬਾਦ ਅਤੇ ਫੌਜੀ ਉਹਦੇ ਮਰਦੇ ਸੀ, ਆਪਣੇ ਹਥਿਆਰ ਭੇਜ ਕੇ ਟੈਸਟ ਕਰਦੇ ਰਹੇ ਬਾਕੀ ਦੁਨੀਆਂ ਨੂੰ ਵਿਖਾਉਣ ਵਾਸਤੇ ਕਿ ਆ ਸਾਡਾ ਹਥਿਆਰ ਇੱਦਾਂ ਦਾ, ਅਤੇ ਯੂਕਰੇਨ 'ਚ ਅਸੀਂ ਵਰਤ ਕੇ ਵੇਖਿਆ ਅਤੇ ਉਹਨੂੰ ਵੇਚਦੇ ਰਹੇ। ਹੁਣ ਜਦੋਂ ਨਾਟੋ ਦੀ ਮੈਂਬਰੀ ਦਾ ਸਵਾਲ ਆਇਆ ਅਤੇ ਕੱਲ੍ਹ ਪਤਾ ਲੱਗਾ ਕਿ ਉਹਨਾਂ ਕਹਿ ਦਿੱਤਾ ਮੈਂਬਰ ਤਾਂ ਤੈਨੂੰ ਅਸੀਂ ਬਣਾਉਣਾ ਨਹੀਂ, ਉੱਦਾਂ ਤੈਨੂੰ ਸਿਕਿਉਰਿਟੀ ਵਾਸਤੇ ਪ੍ਰੋਟੈਕਸ਼ਨ ਦਿਆ ਕਰਾਂਗੇ, ਖਿਆਲ ਰੱਖਾਂਗੇ ਤੇਰਾ। ਇਹਦਾ ਮਤਲਬ ਜਿਹੜਾ ਪੰਜਾਬੀ ਮੁਹਾਵਰਾ, ਚੜ ਜਾ ਬੱਚਾ ਸੂਲੀ, ਰਾਮ ਭਲੀ ਕਰੇ ਕਿ ਨਾ ਕਰੇ, ਇਹ ਆਪੇ ਬਾਅਦ 'ਚ ਵੇਖ ਲਾਂਗੇ। ਉਹਨੂੰ ਯੂਕਰੇਨ ਵਾਲੇ ਨੂੰ ਬਲੀ ਦਾ ਬੱਕਰਾ ਬਣਾ ਕੇ ਇਹਨਾਂ ਨੇ ਕਸੂਤਾ ਫਸਾ ਦਿੱਤਾ। ਕੱਲ੍ਹ ਨਾਟੋ ਦੇਸ਼ਾਂ ਦੇ ਜਿਹੜੇ ਮੁਖੀ ਸਨ, ਜਿਹੜੇ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਨ, ਉਹ ਸਾਂਝੀ ਫੋਟੋ ਖਿਚਾਉਣ ਡੇ ਸੀ, ਇਕੱਲਾ ਤੁਰਿਆ ਫਿਰਦਾ, ਕਦੇ ਕਿਸੇ ਨਾਲ ਗੱਲਾਂ ਕਰਦਾ, ਕਦੇ ਕਿਸੇ ਨਾਲ, ਅਤੇ ਲੋਕ ਕਹਿੰਦੇ ਇਹ ਵਿਚਾਰੇ ਨੂੰ ਕੋਈ ਪੁੱਛਦਾ ਹੀ ਨਹੀਂ, ਇੱਕ ਦੇਸ਼ ਦਾ ਰਾਸ਼ਟਰਪਤੀ ਹੈ ਜੀ, ਜਿਹਦੇ ਪਿੱਛੇ ਸਾਰੀ UNO ਵੀ ਅਤੇ ਸਾਰਾ ਜ਼ੋਰ ਲਾਇਆ ਪਿਆ ਸੀ, ਉਹਨੂੰ ਅੱਖੋਂ ਪਰੋਖਾ ਹੀ ਕਰਨਾ ਸ਼ੁਰੂ ਕਰਤਾ। ਇਹਦਾ ਮਤਲਬ ਇਹ ਹੈ ਕਿ ਅਮਰੀਕਾ ਵਾਲੇ ਪਿੱਛੇ ਵੀ ਇੱਦਾਂ ਕਰਦੇ ਰਹੇ, ਜਿਹੜੇ ਦੇਸ਼ ਦੇ ਬਹੁਤ ਨੇੜੇ ਹੋਣ, ਥੋੜ੍ਹਾ ਚਿਰ ਤੱਕ ਵਰਤ ਕੇ ਉਹਨੂੰ ਛੱਡ ਕੇ ਕਿਸੇ ਹੋਰ ਦੇ ਨੇੜੇ ਚੱਲ ਜਾਂਦੇ ਆ। ਆਮ ਕਿਹਾ ਜਾਂਦਾ ਜਿਹਦੇ ਨੇੜੇ ਅਮਰੀਕਾ ਆ ਉਹਨੂੰ ਮੁੜ ਕੇ ਦੁਸ਼ਮਣਾਂ ਦੀ ਲੋੜ ਕੀ, ਅੱਜ ਨਹੀਂ ਭਲਕੇ ਸੀ, ਉਹਨਾਂ ਨੇ ਆਪੇ ਮੁੜ ਕੇ ਇਹੋ ਜਿਹੇ ਹਾਲਾਤ ਬਣਾ ਦੇਣੇ ਆ। ਯੂਕਰੇਨ ਵਾਲਾ ਕਸੂਤਾ ਫਸ ਗਿਆ, ਇੱਕ ਉਹ ਹਿੰਦੀ 'ਚ ਕਹਿੰਦੇ ਆ ਬੇਗਾਨੀ ਸ਼ਾਸ਼ ਪਰ ਮੂਛੇ ਨਹੀਂ ਮੁੜਵਾਈ ਤੀ ਮੁੜਵਾਤੇ, ਇਹਦਾ ਮਤਲਬ ਕਿ ਬੇਗਾਨੀ ਲੱਸੀ ਦੀ ਝਾਕ ਦੇ ਮੁੱਛਾਂ ਨਹੀਂ ਮਨਾ ਲਈਦੀਆਂ। ਵਿਚਾਰਾ ਯੂਕਰੇਨ ਦਾ ਰਾਸ਼ਟਰਪਤੀ ਜ਼ੇਲੈਂਸਕੀ, ਇਹਨੂੰ ਪਹਿਲਾਂ ਸੰਭਲ ਕੇ ਚੱਲਣਾ ਚਾਹੀਦਾ ਸੀ, ਸੰਭਲ ਕੇ ਨਹੀਂ ਚੱਲ ਸਕਿਆ, ਨਾਟੋ ਵਾਲਿਆਂ ਨੇ ਸਿਰੇ 'ਤੇ ਆ ਕੇ ਧੱਕਾ ਦੇ ਦਿੱਤਾ। ਬਿਲਕੁਲ ਪਰਨੂ ਸਾਹਿਬ, ਇਹਨਾਂ ਸਾਰਿਆਂ ਵਿੱਚ ਨੁਕਸਾਨ ਉਹਨਾਂ ਲੋਕਾਂ ਦਾ ਹੀ ਹੋਇਆ। ਤੁਸੀਂ ਚਰਚਾ ਕੀਤੀ ਪਰਨੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸ਼ੁਕਰੀਆ। ਵੇਲਾ ਜਾਣ ਦਾ, ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।